ਬਹੁਤ ਵਾਰੀ ਸਾਡੇ ਕੋਲ ਕਲੀਨਿਕ ਦੇ ਪੇਸ਼ੈਂਟਸ ਆਉਂਦੇ ਹੈ ਜਿਨ੍ਹਾਂ ਦੀ ਕੰਪਲੇਂਟ ਰਹਿੰਦੀ ਹੈ ਕਿ ਸਾਡਾ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਹੈ। ਕੁਝ ਪੇਸ਼ੈਂਟਸ ਦੀਆਂ ਅੱਖਾਂ ਦੇ ਨੀਚੇ ਏਅਰ ਬੈਗਸ ਬਣੇ ਹੁੰਦੇ ਹੈ, ਹੱਥਾਂ ਵਿੱਚ ਸਵੈਲਿੰਗ ਹੁੰਦੀ ਹੈ, ਐਂਕਲਸ ਦੇ ਵਿੱਚ ਸਵੈਲਿੰਗ ਹੁੰਦੀ ਹੈ, ਯਾਨੀ ਗਿੱਟਿਆਂ ਦੇ ਵਿੱਚ ਸਵੈਲਿੰਗ ਹੁੰਦੀ ਹੈ। ਜਦੋਂ ਅਸੀਂ ਇਹਦਾ ਰੂਟ ਕੌਜ਼ ਦੇਖਦੇ ਹਾਂ ਤਾਂ ਕਈ ਵਾਰ ਉਹਨਾਂ ਨੂੰ ਕਿਡਨੀ ਡਿਜ਼ੀਜ਼ ਨਿਕਲਦਾ ਹੈ। ਅੱਜ ਦੀ ਹੈਲਥ ਟਿਪ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਡਨੀ ਡਿਜ਼ੀਜ਼ ਦੇ ਵਿੱਚ, ਯਾਨੀ ਕਿ ਜਿਵੇਂ ਕਿ ਕ੍ਰੋਨਿਕ ਕਿਡਨੀ ਫੇਲੀਅਰ ਹੈ ਜਾਂ ਤੁਹਾਨੂੰ ਕੋਈ ਹੋਰ ਕਿਡਨੀ ਰਿਲੇਟਿਡ ਪ੍ਰੋਬਲਮਸ ਹੈਗੀਆਂ, ਤਾਂ ਕਿਸ ਤਰ੍ਹਾਂ ਦੀਆਂ ਡਾਇਟਰੀ ਚੇਂਜਸ ਲਿਆ ਕੇ ਤੁਸੀਂ ਆਪਣੇ ਸਿਮਟਮਸ ਨੂੰ ਇੰਪਰੂਵ ਕਰ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੁਝ ਐਸੇ ਨਿਊਟ੍ਰੀਐਂਟਸ ਬਾਰੇ ਜਿਹੜੇ ਕਿ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਹੈ ਤੁਹਾਡੀ ਕਿਡਨੀ ਦੀ ਹੈਲਥ ਦੇ ਵਿੱਚ। ਮੈਂ ਗੱਲ ਕਰ ਰਹੀ ਹਾਂ ਉਸ ਕੰਡੀਸ਼ਨ ਦੀ ਜਦੋਂ ਤੁਹਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਕ੍ਰੋਨਿਕ ਕਿਡਨੀ ਡਿਜ਼ੀਜ਼ ਤੋਂ ਸਫ਼ਰ ਕਰ ਰਿਹਾ ਹੈ ਪੇਸ਼ੈਂਟ। ਤਾਂ ਆਮ ਤੌਰ 'ਤੇ ਪਹਿਲਾ ਸਵਾਲ ਪੇਸ਼ੈਂਟ ਦਾ ਸਾਨੂੰ ਇਹ ਹੁੰਦਾ ਹੈ ਕਿ ਅਸੀਂ ਪ੍ਰੋਟੀਨ ਖਾ ਸਕਦੇ ਹਾਂ। ਇਸ ਸਵਾਲ ਦਾ ਜਵਾਬ ਬਹੁਤ ਮੁਸ਼ਕਿਲ ਹੁੰਦਾ ਹੈ, ਬਿਕੋਜ਼ ਇਸ ਸਵਾਲ ਦੇ ਜਵਾਬ ਦੇ ਵਿੱਚ ਅਸੀਂ ਪੁੱਛਦੇ ਹਾਂ ਕਿ ਪੇਸ਼ੈਂਟ ਦੀ ਜਿਹੜੀ ਸਟੇਜ ਹੈ ਡਿਜ਼ੀਜ਼ ਦੀ ਉਹ ਕਿਹੜੀ ਹੈ। ਅਰਲੀ ਸਟੇਜਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪ੍ਰੋਟੀਨ ਰਿਸਟ੍ਰਿਕਟ ਨਹੀਂ ਕਰਦੇ। ਸਪੋਜ਼ ਕਰੋ ਕਿਸੇ ਪੇਸ਼ੈਂਟ ਦਾ ਵਜ਼ਨ ਜੇ 70 kgs ਦੇ ਕਰੀਬ ਹੈ, ਤਾਂ ਅਸੀਂ ਉਹਨਾਂ ਨੂੰ ਸੁਝਾਵ ਦਿੰਦੇ ਹਾਂ ਕਿ ਉਹ ਕੰਜ਼ਰਵੇਟਿਵਲੀ 30 ਜਾਂ 40 ਗ੍ਰਾਮ ਪ੍ਰੋਟੀਨ ਪਰ ਡੇ ਲੈ ਸਕਦੇ ਹੈ। ਸੋ ਪ੍ਰੋਟੀਨ ਜਿਹੜਾ ਹੈ ਉਹ ਮੈਟਾਬੋਲਾਈਜ਼ ਤੁਹਾਡੀਆਂ ਕਿਡਨੀਜ਼ ਵਿੱਚ ਹੁੰਦਾ ਹੈ, ਜਿਹਦਾ ਕਿ ਫੰਕਸ਼ਨ ਹੁੰਦਾ ਹੈ ਪ੍ਰੋਟੀਨਸ ਨੂੰ ਮੈਟਾਬੋਲਾਈਜ਼ ਕਰਨ ਦਾ। ਲੇਕਿਨ ਜੇ ਤੁਹਾਡੀਆਂ ਕਿਡਨੀਜ਼ ਅਫੈਕਟਿਡ ਹੈਗੀਆਂ, ਕ੍ਰੋਨਿਕ ਕਿਡਨੀ ਡਿਜ਼ੀਜ਼ ਹੈ, ਤੁਸੀਂ ਜ਼ਿਆਦਾ ਪ੍ਰੋਟੀਨਸ ਦੇ ਕੇ ਆਪਣੀ ਕਿਡਨੀਜ਼ ਨੂੰ ਹੋਰ ਜ਼ਿਆਦਾ ਬਰਡਨ ਕਰ ਸਕਦੇ ਹੋ। ਇਸ ਤੋਂ ਬਾਅਦ ਇੱਕ ਬਹੁਤ ਹੀ ਕਾਮਨ ਮਿਨਰਲ ਹੈ ਜਿਹੜਾ ਕਿ ਕਿਡਨੀ ਹੈਲਥ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ, ਉਹ ਹੈ ਸੋਡੀਅਮ। ਸੋਡੀਅਮ ਸਾਡੇ ਨਮਕ ਦੇ ਵਿੱਚ ਮੌਜੂਦ ਹੁੰਦਾ ਹੈ। ਇਹ ਦੇਖਿਆ ਜਾਂਦਾ ਹੈ ਕਿ ਆਪਾਂ ਜ਼ਿਆਦਾ ਜਦੋਂ ਨਮਕ ਲੈਂਦੇ ਹਾਂ ਤਾਂ ਬੋਡੀ ਦੇ ਵਿੱਚ ਵਾਟਰ ਰਿਟੈਨਸ਼ਨ ਹੁੰਦੀ ਹੈ, ਤੁਹਾਡੀਆਂ ਕਿਡਨੀਜ਼ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਵਾਟਰ ਰਿਟੈਨਸ਼ਨ ਨੂੰ ਘੱਟ ਕਰਨ ਵਾਸਤੇ। ਸੋ ਡੈਫੀਨੇਟਲੀ ਤੁਹਾਨੂੰ ਜੇ ਤੁਹਾਡੀ ਡਾਇਟ ਦੇ ਵਿੱਚ ਜ਼ਿਆਦਾ ਨਮਕ ਰਹਿੰਦਾ ਹੈ ਤਾਂ ਤੁਸੀਂ ਆਪਣੀ ਕਿਡਨੀਜ਼ ਨੂੰ ਹੋਰ ਯੂ ਨੋ ਯੂ ਆਰ ਡੈਮੇਜਿੰਗ ਯੋਰ ਕਿਡਨੀ, ਸਪੈਸ਼ਲੀ ਜੇ ਤੁਹਾਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਹੈ। ਅਤੇ ਇੱਕ ਇੱਥੇ ਮੈਂ ਬਹੁਤ ਇੰਪੋਰਟੈਂਟ ਫਰੈਂਡਸ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ। ਜਦੋਂ ਤੁਸੀਂ ਆਮ ਤੌਰ 'ਤੇ ਦੇਖਦੇ ਹੋ ਕਿ ਜੇ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਤੁਸੀਂ ਲੋ ਸੋਡੀਅਮ ਸਾਲਟ ਲਿਆ ਕਰੋ, ਤਾਂ ਜੇ ਸੋਡੀਅਮ ਦੇ ਮਾਤਰਾ ਸਾਲਟ ਦੇ ਵਿੱਚ ਘੱਟ ਹੁੰਦੀ ਹੈ ਤਾਂ ਉਹਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜਿਹੜੀ ਹੈ ਉਹ ਜ਼ਿਆਦਾ ਰਹਿੰਦੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਪੋਟਾਸ਼ੀਅਮ ਜ਼ਿਆਦਾ ਲੈ ਰਹੇ ਹੋ ਔਰ ਤੁਸੀਂ ਸੋਡੀਅਮ ਜਿਹੜਾ ਹੈ ਉਹ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਲੇਕਿਨ ਇਹਦੇ ਤੁਹਾਡੀ ਕਿਡਨੀ ਉੱਤੇ ਹੋਰ ਵੀ ਬੁਰੇ ਅਸਰ ਹੋ ਸਕਦੇ ਹਨ। ਸੋ ਬੈਸਟ ਥਿੰਗ ਇਜ਼ ਤੁਸੀਂ ਸਾਲਟ ਦਾ ਇਸਤੇਮਾਲ ਮਿਨੀਮਮ ਟੂ ਮਿਨੀਮਮ ਕਰੋ, ਬਿਕੋਜ਼ ਜੇ ਤੁਸੀਂ ਲੋ ਸੋਡੀਅਮ ਸਾਲਟ ਯੂਜ਼ ਕਰਦੇ ਹੋ ਤਾਂ ਉਹਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਰਹਿੰਦੀ ਹੈ। ਨਾ ਪੋਟਾਸ਼ੀਅਮ ਵੀ ਇੱਕ ਮਿਨਰਲ ਹੈ ਜਿਹੜਾ ਕਿ ਕਿਡਨੀ ਹੈਲਥ ਵਾਸਤੇ ਬਹੁਤ ਇੰਪੋਰਟੈਂਟ ਹੁੰਦਾ ਹੈ। ਜਿੰਨੇ ਵੀ ਫੂਡਸ ਆਮ ਤੌਰ 'ਤੇ ਤੁਸੀਂ ਦੇਖੋ ਜਿੱਦਾਂ ਦੇ ਵਿੱਚ ਕੈਲਸ਼ੀਅਮ ਜ਼ਿਆਦਾ ਹੁੰਦਾ, ਜਿਵੇਂ ਮਿਲਕ ਹੈ ਜਾਂ ਬਨੈਨਾ ਹੈ ਜਾਂ ਕੋਈ ਵੀ ਹੋਰ ਜਿਵੇਂ ਕਿ ਨਟਸ ਹੈਗੇ ਆ, ਇਹਨਾਂ ਦੇ ਵਿੱਚ ਕੈਲਸ਼ੀਅਮ, ਪੋਟਾਸ਼ੀਅਮ ਔਰ ਪ੍ਰੋਟੀਨ, ਇਹਨਾਂ ਤਿੰਨਾਂ ਦੀ ਮਾਤਰਾ ਬਹੁਤ ਜ਼ਿਆਦਾ ਰਹਿੰਦੀ ਹੈ ਜਿਹੜੇ ਕਿ ਤੁਹਾਡੀ ਕਿਡਨੀ ਹੈਲਥ ਵਾਸਤੇ ਸਹੀ ਨਹੀਂ ਹਨ। ਸੋ ਜੇ ਤੁਸੀਂ ਕਿਡਨੀ ਡਿਜ਼ੀਜ਼ ਤੋਂ ਸਫ਼ਰ ਕਰ ਰਹੇ ਹੋ, ਸਪੈਸੀਫਿਕਲੀ ਜੇ ਤੁਹਾਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਹੈ ਔਰ ਅਰਲੀ ਸਟੇਜਸ ਹੈਗੀਆਂ, ਤਾਂ ਡੈਫੀਨੇਟਲੀ ਤੁਸੀਂ ਆਪਣੀ ਡਾਇਟ ਦੇ ਵਿੱਚ ਚੇਂਜਸ ਲਿਆ ਕੇ ਇਸ ਪ੍ਰੋਗਰੈਸ਼ਨ ਨੂੰ ਸਲੋ ਡਾਊਨ ਕਰ ਸਕਦੇ ਹੋ, ਬਿਕੋਜ਼ ਜਿਹੜੀਆਂ ਤੁਹਾਡੀਆਂ ਕਿਡਨੀਜ਼ ਹੈ ਤੁਹਾਡੇ ਬੋਡੀ ਦੇ ਫਲੂਇਡ ਮੈਟਾਬੋਲਿਜ਼ਮ ਲਈ ਬਹੁਤ ਜ਼ਰੂਰੀ ਹੈ, ਤੁਹਾਡੇ ਰੈੱਡ ਬਲੱਡ ਸੈਲਸ ਨੂੰ ਬਣਾਉਣ ਲਈ ਜਿਹੜੇ ਹਾਰਮੋਨਸ ਦੀ ਜ਼ਰੂਰਤ ਹੁੰਦੀ ਹੈ ਤੁਹਾਡੀ ਕਿਡਨੀਜ਼ ਉਹਨੂੰ ਬਣਾਉਣ ਵਿੱਚ ਮਦਦ ਕਰਦੀਆਂ ਹਨ। ਇਹ ਜੇ ਵਾਈਟਲ ਫੰਕਸ਼ਨਸ ਤੁਹਾਡੀ ਬੋਡੀ ਵਿੱਚ ਨਾ ਹੋਣ, ਜੇ ਤੁਹਾਡੀ ਬੋਡੀ ਵਿੱਚੋਂ ਟੌਕਸਿਕ ਚੀਜ਼ਾਂ ਬਾਹਰ ਨਾ ਨਿਕਲਣ, ਤਾਂ ਡੈਫੀਨੇਟਲੀ ਤੁਹਾਡੀਆਂ ਕਿਡਨੀ ਸਫ਼ਰ ਕਰ ਸਕਦੀਆਂ। ਸੋ ਇੱਕ ਹੋਰ ਵੀ ਸਵਾਲ ਪੇਸ਼ੈਂਟਸ ਦਾ ਬਹੁਤ ਕਾਮਨ ਹੁੰਦਾ, ਅਸੀਂ ਪਾਣੀ ਕਿੰਨਾ ਪੀ ਸਕਦੇ ਹਾਂ, ਅਸੀਂ ਫਲੂਇਡਸ ਕਿੰਨਾ ਲੈ ਸਕਦੇ ਹਾਂ, ਬਿਕੋਜ਼ ਸਾਡੇ ਜ਼ਹਿਨ 'ਚ ਜਦੋਂ ਕਿਡਨੀਜ਼ ਦੀ ਜ਼ਿਕਰ ਆਉਂਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਕਿਡਨੀ ਸਾਡੇ ਬੋਡੀ ਦੇ ਫਿਲਟਰਸ ਹੈਗੇ ਹੈ। ਸੋ ਪਾਣੀ ਨੂੰ ਆਮ ਤੌਰ 'ਤੇ ਰਿਸਟ੍ਰਿਕਟ ਕਰਨ ਦੀ ਜਾਂ ਫਲੂਇਡਸ ਨੂੰ ਰਿਸਟ੍ਰਿਕਟ ਕਰਨ ਦੀ ਲੋੜ ਐਡਵਾਂਸਡ ਕਿਡਨੀ ਡਿਜ਼ੀਜ਼ ਵਿੱਚ ਪੈਂਦੀ ਹੈ, ਲੇਕਿਨ ਤੁਹਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ, ਤੁਹਾਨੂੰ ਕਿੰਨਾ ਸੋਡੀਅਮ ਲੈਣਾ ਚਾਹੀਦਾ ਹੈ, ਕਿੰਨਾ ਪੋਟਾਸ਼ੀਅਮ ਤੁਸੀਂ ਅਫੋਰਡ ਕਰ ਸਕਦੇ ਹੋ, ਕੀ ਤੁਸੀਂ ਪ੍ਰੋਟੀਨਸ ਲੈ ਸਕਦੇ ਹੋ ਜਾਂ ਨਹੀਂ ਲੈ ਸਕਦੇ, ਇਹ ਸਭ ਕੁਝ ਡਿਪੈਂਡ ਕਰਦਾ ਹੈ ਕਿ ਤੁਹਾਡੀ ਕਿਹੜੀ ਸਟੇਜ ਹੈਗੀ ਹੈ ਕਿਡਨੀ ਦੀ। ਸੋ ਪਲੀਜ਼ ਤੁਸੀਂ ਆਪਣੇ ਡਾਕਟਰ ਜਾਂ ਡਾਇਟੀਸ਼ੀਅਨ ਨੂੰ ਤੁਸੀਂ ਜ਼ਰੂਰ ਸੰਪਰਕ ਵਿੱਚ ਰਹੋ, ਔਰ ਜੇ ਤੁਹਾਨੂੰ ਲੱਗਦਾ ਹੈ ਕਿ ਪ੍ਰੋਬਲਮਸ ਵੱਧ ਰਹੀਆਂ, ਤਾਂ ਡੈਫੀਨੇਟਲੀ ਤੁਹਾਡੀਆਂ ਜਿਹੜੀਆਂ ਮੈਡੀਕੇਸ਼ਨਸ ਹੈਗੀਆਂ, ਤੁਹਾਡੇ ਡਾਕਟਰਸ, ਤੁਹਾਡੇ ਡਾਇਟੀਸ਼ੀਅਨਸ ਇੱਕ ਟੀਮ ਬਣਾ ਕੇ ਡੈਫੀਨੇਟਲੀ ਤੁਹਾਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਪ੍ਰੋਗਰੈਸ਼ਨ ਦੇ ਬਾਰੇ ਦੱਸ ਸਕਦੇ ਹੈ ਔਰ ਉਹਨੂੰ ਰੋਕਣ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹੈ।